ਕੌਡੀ 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 ਕੌਡੀ। ਰਾਮ ਰਾਮ ਬਾਈ ਸਾਰੇ ਬਾਈਆਂ ਨੂੰ, ਮੈਂ ਤੁਹਾਡਾ ਬਾਈ ਸਿੱਲੋ ਬੁਲਾ ਰਿਹਾ ਬਾਈ। 3 ਜਨਵਰੀ ਨੇ ਬਿੱਗ ਵਾਲ ਟੂਰਨਾਮੈਂਟ ਹੋਣੇ ਜਾ ਰਿਹਾ, ਜਿਸਕਾ ਪਹਿਲਾ ਇਨਾਮ ਹੈ 1 ਲੱਖ, ਦੂਸਰਾ 71,000। ਬੈਸਟਾਂ ਨੂੰ ਬੁਲਟ ਹੈਗੇ ਅਤੇ ਪੂਰੇ ਟੂਰਨਾਮੈਂਟ ਦੇ ਬੈਸਟਾਂ ਨੂੰ ਫੋਰਡ ਹੈਗੇ, ਅਤੇ ਸਾਰੇ ਵੀਰ ਜ਼ਰੂਰ ਪਹੁੰਚੋ। ਆ ਭਾਈ ਪਹੁੰਚ ਰਹੇ ਹਾਂ, ਆਪਣੀ ਟੀਮ ਵੀ ਓਪਨ ਟੀਮ ਪਹੁੰਚ ਰਹੀ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਮੈਂ ਤੁਹਾਡਾ ਪਿੰਡ ਸਿੱਚਿਆਲ। ਮੇਰੀ 3 ਜਨਵਰੀ ਪਿੰਡ ਬੇਗੋਵਾਲ ਟੂਰਨਾਮੈਂਟ ਹੋਣ ਜਾ ਰਿਹਾ ਹੈ, ਜਿੱਥੇ ਆਪਣੇ ਵੀਰਾਂ ਵੱਲੋਂ ਬਿੰਦਰ ਬੇਗੋਵਾਲ, ਮੈਕੀ ਬੇਗੋਵਾਲ ਅਤੇ ਰਮਨ ਵੀਰ ਬੇਗੋਵਾਲ ਵੱਲੋਂ ਖੁੱਲ੍ਹੇ ਸੱਦਿਆ ਟੂਰਨਾਮੈਂਟ ਦੇ, ਅਤੇ ਟੂਰਨਾਮੈਂਟ 'ਤੇ ਪੁੱਜੋ ਤਾਂ ਆਪਾਂ ਵੀ ਆ ਰਹੇ ਹਾਂ ਜੀ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। 3 ਜਨਵਰੀ ਨੂੰ ਪਿੰਡ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਵਿੱਚ 8 ਓਪਨ ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਹੋਣ ਜਾ ਰਹੇ ਹਨ, ਜਿਹਦਾ ਪਹਿਲਾ ਪ੍ਰਾਈਜ਼ 1,00,000 ਰੁਪਇਆ, ਦੂਜਾ ਪ੍ਰਾਈਜ਼ 75,000, ਬੈਸਟ ਰੇਡਰ ਜਾਫੀ ਨੂੰ ਬੁਲਟ ਦਿੱਤੇ ਜਾਣੇ ਆ, ਅਤੇ ਰੇਡਰ ਜੱਫਿਆਂ ਦੇ 4 ਟਰੈਕਟਰ ਲੱਗਣਗੇ। ਅਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਮੇਲੇ 'ਤੇ ਹੁਮਾ ਕੇ ਪਹੁੰਚੋ ਅਤੇ ਖੇਡ ਮੇਲੇ ਦੀ ਰੌਣਕ ਨੂੰ ਵਧਾਓ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਾਕੀ ਤੁਸੀਂ ਸੁਣ ਹੀ ਲਿਆ ਹੈ ਕਿ ਬੇਗੋਵਾਲ ਵਿੱਚ ਹੋਣ ਵਾਲਾ ਟੌਪ ਦਾ ਕਬੱਡੀ ਕੱਪ, ਜਿਸ ਵਿੱਚ ਟੌਪ ਦੇ ਅੰਤਰਰਾਸ਼ਟਰੀ ਖਿਡਾਰੀ ਭਾਗ ਲੈ ਰਹੇ ਹਨ। ਸ਼ੀਲੂ ਵਰਗੇ, ਜੱਗੂ ਵਰਗੇ, ਸਾਰੀ ਪੰਜਾਬ ਦੀ ਕਰੀਮ ਪਹੁੰਚੂਗੀ, ਜਿੱਥੇ ਰੇਡਾਂ ਅਤੇ ਜਾਫਿਆਂ 'ਤੇ ਲੱਗਣਗੇ 4 ਟਰੈਕਟਰ ਅਤੇ ਬੈਸਟਾਂ ਨੂੰ ਬੋਲਟ ਦਿੱਤੇ ਜਾਣਗੇ। ਅਤੇ ਸਾਰੇ ਇਸ ਕੱਪ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਅਤੇ ਇਸ ਦਾ ਲਾਈਵ ਚੱਲੇਗਾ ਪੰਜਾਬ ਲਾਈਵ TV 'ਤੇ। ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਬੈੱਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ, ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ। ਧੰਨਵਾਦ ਜੀ।